ਅੰਮ੍ਰਿਤਸਰ ਦੇ ਵਿੱਚ ਵੱਡੀ ਵਾਰਦਾਤ ਹੋਣ ਦਾ ਮਾਮਲਾ ਸਾਹਮਣੇ ਆਇਆ, ਜਿੱਥੇ ਦੱਸਿਆ ਜਾ ਰਿਹਾ ਹੈ ਕਿ ਬਲਾਕ ਵੇਰਕਾ ਦੇ ਅਧੀਨ ਆਉਂਦੇ ਪਿੰਡ ਜਹਾਂਗੀਰ ਦੇ ਵਿੱਚ ਨਿਹੰਗ ਸਿੰਘ ਦੇ ਵੱਲੋਂ ਇੱਕ ਨੌਜਵਾਨ ਦਾ ਕਤਲ ਕਰ ਦਿੱਤਾ ਗਿਆ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਪਿੰਡ ਵਾਸੀਆਂ ਨੇ ਦੱਸਿਆ ਕਿ ਬੀਤੀ ਰਾਤ ਨਿਹੰਗ ਸਿੰਘ ਸੁਖਦੇਵ ਸਿੰਘ ਨੇ ਪਿੰਡ ਦੇ ਵਿੱਚ ਹੀ ਮਲਕੀਤ ਸਿੰਘ ਨਾਮਕ ਨੌਜਵਾਨ ਦੇ ਘਰ ਦੇ ਵਿੱਚ ਵੜ ਕੇ ਉਸਨੂੰ ਪੂਰੀ ਤਰ੍ਹਾਂ ਦੇ ਨਾਲ ਕੁੱਟਿਆ ਅਤੇ ਤਲਵਾਰਾਂ ਦੇ ਨਾਲ ਵਾਰ ਕਰਕੇ ਉਸਦਾ ਕਤਲ ਕਰ ਦਿੱਤਾ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਇਹਨਾਂ ਦੀ ਪੁਰਾਣੀ ਰੰਜਿਸ਼ ਚੱਲਦੀ ਸੀ, ਜਿਸ ਦੇ ਚੱਲਦਿਆਂ ਬੀਤੀ ਰਾਤ ਨਿਹੰਗ ਸਿੰਘ ਸੁਖਦੇਵ ਨੇ ਮਲਕੀਤ ਦਾ ਕਤਲ ਕਰ ਦਿੱਤਾ। ਫਿਲਹਾਲ ਪਰਿਵਾਰ ਤੇ ਪਿੰਡ ਵਾਸੀਆਂ ਦੇ ਵੱਲੋਂ ਇਨਸਾਫ ਦੀ ਗੁਹਾਰ ਲਗਾਈ ਜਾ ਰਹੀ ਹੈ। ਉਧਰ ਦੂਜੇ ਪਾਸੇ ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀ, ਜਿਨ੍ਹਾਂ ਦਾ ਇਹ ਕਹਿਣਾ ਹੈ ਕਿ ਪਿੰਡ ਦੇ ਵਿੱਚ ਪੁਰਾਣੀ ਰੰਜਿਸ਼ ਨੂੰ ਲੈ ਕੇ ਇੱਥੇ ਨਿਹੰਗ ਸਿੰਘ ਦੇ ਵੱਲੋਂ ਇੱਕ ਨੌਜਵਾਨ ਨੂੰ ਮੌਤ ਦੇ ਘਾਟ ਉਤਾਰਿਆ ਗਿਆ। ਮਲਕੀਤ ਸਿੰਘ ਦੀ ਉਮਰ ਜੋ ਕਿ 30 ਤੋਂ 35 ਸਾਲ ਦੱਸੀ ਜਾ ਰਹੀ ਹੈ, ਜਿਸਦਾ ਕਤਲ ਕਰ ਦਿੱਤਾ ਗਿਆ। ਫਿਲਹਾਲ ਪੁਲਿਸ ਟੀਮਾਂ ਮੌਕੇ 'ਤੇ ਪਹੁੰਚੀਆਂ ਨੇ ਅਤੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪਰਿਵਾਰ ਦੇ ਬਿਆਨਾਂ 'ਤੇ ਇਸ ਮਾਮਲੇ ਦੇ ਵਿੱਚ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਕਵਲਜੀਤ ਸਿੰਘ ਦੀ ਰਿਪੋਰਟ, ਡੇਲੀ ਨਿਊਜ਼ ਪੰਜਾਬੀ। ਮੈਂ ਅਮਰੀਕ ਸਿੰਘ, ਸਰਪੰਚ ਪਿੰਡ ਜਹਾਂਗੀਰ। ਜਹਾਂਗੀਰ 'ਚ ਬਹੁਤ ਵੱਡੀ ਘਟਨਾ ਹੋਈ ਅੱਜ ਜੀ, ਇੱਕ ਕਤਲ ਹੋਇਆ ਜੋ ਵੀ ਬਹੁਤ ਮੰਦਭਾਗੀ ਗੱਲ ਆ, ਹੋਣਾ ਨਹੀਂ ਚਾਹੀਦਾ। ਘਰ 'ਚ ਬੜੀਆਂ ਗੱਲਾਂ ਪਤਾ ਹੋ ਜਾਂਦੀਆਂ, ਰੰਜਿਸ਼ ਹੁੰਦੀ ਆ, ਮਾੜੀ ਮੋਟੀ ਲੜਾਈਆਂ ਝਗੜੇ ਫਰਾਈ ਨਵੇਂ ਬੜੀ ਯਾਰ ਕਰਵਾਇਆ ਸੀ ਇਹਦਾ ਸੁਖਦੇਵ ਸਿੰਘ ਨਿਹੰਗ ਸਿੰਘ ਨੂੰ, ਬੜੀ ਯਾਰ ਸਮਝਾਇਆ ਸੀ ਆਪਾਂ ਵੀ ਇਹੋ ਜਿਹੀ ਗੱਲ ਨਹੀਂ ਕਰਨੀ, ਕੋਈ ਗਲਤੀ ਵੀ ਨਾ ਕਰਿਓ, ਜੋ ਵੀ ਹੈਗਾ ਜੋ ਵੀ ਉਹਦੇ ਮਨ 'ਚ ਪਤਾ ਨਹੀਂ ਕੀ ਆਇਆ, ਰਾਤੀ ਕੀ ਗੱਲ ਹੋਈ ਆ, ਅਤੇ ਉਹਨੇ ਬੜੀ ਵੱਡੀ ਘਟਨਾ ਨੂੰ ਅੰਜਾਮ ਦਿੱਤਾ ਵਾ। ਇੱਦਾਂ ਇਕੱਲਾ ਇਕੱਲਾ ਬੱਚਾ ਸੀ ਉਹਨਾਂ ਦਾ, ਅਤੇ ਅਸੀਂ ਤਾਂ ਬਹੁਤ ਦੁਖਦਾਈ ਘਟਨਾ, ਸਵੇਰੇ ਸਾਨੂੰ ਪਤਾ ਲੱਗਾ, ਹੁਣ ਤਾਂ ਮੌਕੇ 'ਤੇ ਵੇਖਿਆ ਉਹਦੀ ਡੈਥ ਹੋ ਚੁੱਕੀ। ਕੋਈ ਰੰਜਿਸ਼ ਕੋਈ ਵੀ ਨਹੀਂ ਹੈਗੀ ਪਿੱਛੇ, ਮਾੜੀ ਮੋਟੀ ਤੁਹਾਨੂੰ ਪਤਾ ਹੀ ਹੈ ਕਿ ਗੱਲਬਾਤ, ਛੋਟਾ ਬੱਚਾ ਸੀ ਇਹ, ਹਾਈਟ ਛੋਟੀ ਸੀ, ਕੋਈ ਰੰਜਿਸ਼ ਨਹੀਂ, ਬੜੀ ਯਾਰ ਸਮਝਾਇਆ ਸੀ ਨਿਹੰਗ ਸਿੰਘ ਨੂੰ ਇਹ ਕੰਮ ਨਹੀਂ ਕਰਨਾ, ਪਰ ਹੁਣ ਕੀ ਪਤਾ ਉਹਦੇ ਕੀ ਮਨ 'ਚ ਚੱਲਦਾ ਸੀ ਵੀ ਮੈਂ ਕਦੋਂ ਵੈਰ ਲੈਣਾ, ਕੀ ਇਹਦੇ ਬਾਰੇ ਸਾਨੂੰ ਕੁਛ ਨਹੀਂ ਪਤਾ ਜੀ। ਨਾਲ ਹੀ ਰਹਿੰਦਾ ਸੀ ਇਹਨਾਂ ਦੇ? ਨਹੀਂ, ਨਾਲ ਨਹੀਂ ਰਹਿੰਦਾ, ਆਪਣਾ ਵੀ ਕੰਮ ਕਾਰ ਕਰਦਾ ਸੀ, ਦੇਡ ਪਾ ਕਰਦਾ ਜੀ। ਕੋਈ ਰਿਸ਼ਤਾ ਕੀ ਸੀ? ਰਿਸ਼ਤਾ ਕੋਈ ਵੀ ਨਹੀਂ, ਰਿਸ਼ਤਾ ਆਪਸ ਸਰੀਕਾ ਬਰਾਦਰੀ ਕੋਈ ਨਹੀਂ, ਉਦਾਂ ਪਿੰਡ 'ਚ ਰਹਿੰਦੇ ਇਕੱਠੇ ਬਸ, ਪਰ ਰਿਸ਼ਤਾ ਨਹੀਂ। ਕਹਿੰਦੇ ਨੇ ਵੀ ਰਾਤ ਜਿਵੇਂ ਗ੍ਰਿਲ ਦਰਵਾਜ਼ਾ ਤੋੜ ਕੇ ਅੰਦਰ ਆਇਆ ਤੇ ਸਾਰਾ ਪਰਿਵਾਰ, ਉਹ ਤਾਂ ਮੌਕਾ ਵੇਖਿਆ ਤੁਹਾਡੇ ਸਾਹਮਣੇ, ਮੀਡੀਆ ਨੇ ਮੌਕਾ ਵੇਖ ਰਿਹਾ ਸਾਰਾ ਜੀ, ਆਹ ਤੁਹਾਡੇ ਸਾਹਮਣੇ ਜੋ ਕੁਝ ਹੈਗਾ ਵਾ, ਉਹਦੇ ਪਰਿਵਾਰ ਵੀ ਦੱਸ ਰਿਹਾ, ਆਪਾਂ ਤਾਂ ਮੌਕੇ 'ਤੇ ਹੈ ਨਹੀਂ ਉਹ ਟਾਈਮ, ਅਸੀਂ ਤਾਂ ਤੁਹਾਡੇ ਸਾਰੇ ਕਹਿਣ 'ਤੇ ਦੱਸਾਂ ਅਤੇ ਸਵੇਰੇ ਮੈਨੂੰ ਫੋਨ ਗਿਆ ਅਸੀਂ ਇੱਥੇ ਆਏ ਹਾਂ, ਅਤੇ ਫਿਰ ਆਹ ਮੀਡੀਆ ਆਇਆ ਤਾਂ ਮੀਡੀਆ ਨੂੰ ਦੱਸ ਰਿਹਾ ਜੋ ਵੀ ਹੈਗਾ ਸੱਚਾ। ਜੰਗ ਦੇ ਵਿੱਚ ਸਾਨੂੰ ਸੁਬਹਾ ਪਤਾ ਲੱਗਾ ਵਾ ਵੀ ਮਲਕੀਤ ਸਿੰਘ ਦਾ ਕਤਲ ਕਰਤਾ ਵਾ ਸੁਖਦੇਵ ਸਿੰਘ ਨੇ। ਅਸੀਂ ਮੌਕੇ 'ਤੇ ਪਹੁੰਚੇ ਹਾਂ, ਅੱਗੋਂ ਆਂਢੋ ਗੁਆਂਢੋਂ ਪਤਾ ਕੀਤਾ ਵਾ, ਕਹਿੰਦੇ ਵੀ ਇਹਨਾਂ ਦੀ ਪਹਿਲਾਂ ਰੰਜਿਸ਼ ਬਾਈ ਚੱਲਦੀ ਸੀਗੀ, ਇੱਕ ਨਾ ਇੱਕ ਦੂਜੇ ਨਾਲ ਗਾਲੀ ਗਲੋਚ ਕਰਦੇ ਸੀਗੇ, ਅਤੇ ਅੱਜ ਇਹ ਮਲਕੀਤ ਸਿੰਘ ਦਾ ਇਕੱਲਾ ਘਰ ਸੀਗੇ, ਅਤੇ ਇਹਨੇ ਮੌਕਾ ਵੇਖ ਕੇ ਅਤੇ ਇਹਦੇ ਆਣ ਕੇ ਰਾਤ ਮਾਰ ਕਟਾਈ ਕੀਤੀ ਆ, ਅਤੇ ਮਾਰ ਕਟਾਈ ਦੌਰਾਨ ਦੀ ਮੌਤ ਹੋ ਗਈ। ਹੁਣ ਕੀ ਕਾਰਵਾਈ, ਕੀ ਅਮਲ ਚੱਲਿਆ? ਹੁਣ ਸਰ ਤਫਤੀਸ਼ ਚੱਲਣ ਡਈ ਆ, ਤਫਤੀਸ਼ ਦੌਰਾਨ ਜੋ ਵੀ ਅੱਗੇ ਸਾਹਮਣੇ ਆਏਗਾ। ਅਜੇ ਤੇ ਮੁਕਦਮਾ ਦਰਜ ਕਰਕੇ ਜਾਣ ਲਿਖਾਣ ਭੇਜਿਆ ਗਿਆ ਵਾ, ਮੁਕਦਮਾ ਦਰਜ ਕਰਕੇ ਛਾਪੇਮਾਰੀ ਕੀਤੀ ਜਾਏਗੀ, ਜਲਦੀ ਤੋਂ ਜਲਦੀ ਇਹਨੂੰ ਗ੍ਰਿਫਤਾਰ ਕੀਤਾ ਜਾਏਗਾ। ਹਾਂਜੀ, ਨਿਹੰਗ ਸਿੰਘ ਦੱਸਦੇ ਨਾਰਮਲੀ ਚੱਲਦੀ ਸੀਗੀ।